ਕੋਨੇ ਕੋਨੇ ਨੂੰ ਖੰਗਾਲ ਰਹੇ ਇਹ BSF ਦੇ ਜਵਾਨ ਉਹਨਾਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਨੇ ਜੋ ਅਮਰਨਾਥ ਯਾਤਰਾ ਲਈ ਜਾ ਰਹੇ ਨੇ, ਕਿਉਂਕਿ ਇੱਥੇ ਕਈ ਥਾਵਾਂ ਤੇ ਅੱਤਵਾਦੀ ਹਮਲੇ ਹੋ ਚੁੱਕੇ ਨੇ ਤੇ ਸ਼ਰਧਾਲੂਆਂ ਦੇ ਨਾਲ ਵੀ ਕਈ ਹਾਦਸੇ ਵਾਪਰ ਚੁੱਕੇ ਨੇ। ਸੋ ਇਹਨਾਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਲਈ BSF ਜਵਾਨਾਂ ਦੇ ਵੱਲੋਂ ਹੁਣ ਸਾਂਬਾ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ। ਇੱਥੋਂ ਤੱਕ ਕਿ ਘੁਸਪੈਠ ਵਾਲੇ ਰਾਹ ਤੇ ਵੀ ਇਹਨਾਂ ਜਵਾਨਾਂ ਦੇ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਦੱਸਦੀ ਕਿ ਅਮਰਨਾਥ ਯਾਤਰਾ ਨੂੰ ਦੇਖਦਿਆਂ ਹੋਇਆਂ BSF ਦੇ ਜਵਾਨਾਂ ਵੱਲੋਂ ਇੱਥੇ ਅਲਰਟ ਵੀ ਕੀਤਾ ਗਿਆ ਹੈ ਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। BSF ਦੇ ਜਵਾਨਾਂ ਦੇ ਵੱਲੋਂ ਖਾਸ ਤੌਰ ਤੇ ਸਰਹੱਦੀ ਨਦੀਆਂ ਨਾਲਿਆਂ ਨੂੰ ਖੰਗਾਲਿਆ ਜਾ ਰਿਹਾ ਹੈ, ਕਿਉਂਕਿ ਪਹਿਲਾਂ ਵੀ ਨਦੀਆਂ ਨਾਲਿਆਂ ਦੇ ਵਿੱਚ ਹਲਚਲ ਦੇਖੀ ਗਈ ਸੀ ਤੇ ਅਕਸਰ ਹੀ ਘੁਸਪੈਠ ਦਾ ਰਾਹ ਹੀ ਨਦੀਆਂ ਨਾਲਿਆਂ ਤੋਂ ਹੋ ਕੇ ਆਉਂਦਾ ਹੈ, ਜਿਸ ਲਈ ਇੱਥੇ ਸੁਰੱਖਿਆ ਦੇ ਨਾਲ ਨਾਲ ਚੌਕਸੀ ਵੀ ਵਧਾ ਦਿੱਤੀ ਗਈ ਹੈ। ਸੋ BSF ਦੇ ਜਵਾਨ ਹੁਣ ਸਾਂਬਾ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤੈਨਾਤ ਵੀ ਹੈ ਤੇ ਨਾਲ ਹੀ ਚੱਪੇ ਚੱਪੇ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਤਾਂ ਜੋ ਸ਼ਰਧਾਲੂਆਂ ਨੂੰ ਯਾਤਰਾ ਤੇ ਜਾਣ ਚ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾ ਹੀ ਇਹਨਾਂ ਸ਼ਰਧਾਲੂਆਂ ਦੇ ਨਾਲ ਕੋਈ ਅਨਹੋਣੀ ਹੋਵੇ।